ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ 2-3 ਦਿਨਾਂ ਦੀਆਂ ਘਟਨਾਕ੍ਰਮ ਕੁਛ ਇਸ ਤਰ੍ਹਾਂ ਹੋਇਆ ਕਿ ਮੇਰੇ ਅੱਗੇ ਇੱਕ ਸਵਾਲ ਖੜ੍ਹਾ ਹੋ ਗਿਆ, ਅਤੇ ਉਹ ਸਵਾਲ ਇਸ ਤਰ੍ਹਾਂ ਦਾ ਸੀ ਕਿ ਮੇਰੀ ਜ਼ਮੀਰ 'ਤੇ ਇਹ ਇੰਨਾ ਬੋਝ ਪਿਆ ਕਿ ਮੈਨੂੰ ਲੱਗਿਆ ਕਿ ਮੈਨੂੰ ਇਹ ਪੰਥ ਅੱਗੇ ਰੱਖਣਾ ਚਾਹੀਦਾ। ਸਵਾਲ, ਕੱਲ੍ਹ 5 ਅਕਤੂਬਰ ਭਾਈ ਗੁਰਦੇਵ ਸਿੰਘ ਉਸਮਾਨ ਵਾਲਾ ਹੁਣਾਂ ਦੀ ਸ਼ਹੀਦੀ ਦਿਹਾੜਾ ਸੀ, ਅਤੇ ਭਾਈ ਸੁਰਿੰਦਰ ਸਿੰਘ ਉਰਫ ਭਾਈ ਗੁਰਚਰਨ ਸਿੰਘ ਉਹਨਾਂ ਦਾ ਵੀ ਸ਼ਹੀਦੀ ਦਿਹਾੜਾ ਸੀ। ਕੋਈ 4 ਕੁ ਦਿਨ ਪਹਿਲਾਂ ਮੈਨੂੰ ਭਾਈ ਗੁਰਦੇਵ ਸਿੰਘ ਹੁਣਾਂ ਦੇ ਸਪੁੱਤਰ ਦਾ ਫੋਨ ਆਇਆ, ਸ਼ਰਨਜੀਤ ਸਿੰਘ ਹੁਣਾਂ ਦਾ, ਕਿ 5 ਅਕਤੂਬਰ ਨੂੰ ਤੁਸੀਂ ਜ਼ਰੂਰ ਆਇਓ। ਮੈਂ ਪਿਛਲੇ ਸਾਲ ਗਿਆ ਸੀ, ਉੱਥੇ ਜੋ ਪਿੰਡ ਵਾਲੇ ਜਾਂ ਜਿਹੜੇ ਹੋਰ ਬੜੇ ਨਜ਼ਦੀਕੀ ਪਿਆਰ ਕਰਨ ਵਾਲੇ ਸਿੰਘ ਆ, ਥੋੜ੍ਹੀ ਜਿਹੀ ਸੰਗਤ ਆਈ ਹੁੰਦੀ, ਅਤੇ ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਇਹ ਸ਼ਹੀਦੀ ਦਿਹਾੜਾ ਤਾਂ ਬਹੁਤ ਚਿਰ ਤੋਂ ਮਨਾਇਆ ਜਾ ਰਿਹਾ ਹੈ, ਪਰ ਮੈਨੂੰ ਨਹੀਂ ਸੀ ਇਸ ਚੀਜ਼ ਦਾ ਪਤਾ। ਉਹ ਸ਼ਰਨਜੀਤ ਸਿੰਘ ਹੁਣਾਂ ਅਤੇ ਉਹਨਾਂ ਦੇ ਹੋਰ ਉੱਥੋਂ ਕਈ ਸਿੰਘ ਬੜੇ ਪੁਰਾਣੇ, ਅਤੇ ਉਹਨਾਂ ਨੇ ਦੱਸਿਆ ਕਿ ਅਸੀਂ ਤਾਂ ਜਦੋਂ ਤੋਂ ਅਗਲੇ ਸਾਲ ਤੋਂ ਹੀ ਮਨਾ ਰਹੇ ਹਾਂ, ਅਤੇ ਇਹਨਾਂ ਨੇ ਦੱਸਿਆ ਕਿ ਸ਼ਰਨਜੀਤ ਸਿੰਘ ਨੇ ਤਾਂ ਦੱਸਿਆ ਕਿ ਸਾਨੂੰ ਤਾਂ ਦਮਦਮੀ ਟਕਸਾਲ ਤੋਂ ਬਾਬਾ ਠਾਕਰ ਸਿੰਘ ਹੁਣਾਂ ਨੇ ਬੁਲਾ ਲਿਆ ਸੀਗਾ, ਜਦੋਂ ਪੁਲਿਸ ਬਹੁਤ ਜ਼ਿਆਦਾ ਚੜ੍ਹਾਈ ਕਰਕੇ ਆਉਂਦੇ ਸੀ, ਸਾਰੇ ਪਾਸੇ ਤਸ਼ੱਦਦ ਮਾਰਦਾ ਆਈ, ਤਾਂ ਸਾਨੂੰ ਉਹਨਾਂ ਨੇ ਬੁਲਾ ਲਿਆ ਸੀ ਪਰਿਵਾਰ ਨੂੰ, ਅਤੇ ਉਸ ਤੋਂ ਬਾਅਦ ਅਸੀਂ ਪਿੰਡ ਨਹੀਂ ਆਏ। ਉਹ ਕਹਿੰਦੇ ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਸਾਡੇ ਪਿਤਾ ਜੀ ਭਾਈ ਸਾਹਿਬ ਨੇ, ਕਿ ਸਾਨੂੰ ਤਾਂ ਬਾਬਾ ਠਾਕਰ ਸਿੰਘ ਹੁਣਾਂ ਨੇ, ਉਹਨਾਂ ਨੇ ਜਿੱਥੇ ਕਿਤੇ ਟਕਸਾਲ ਵਾਲੀਆਂ ਜਿਹੜੀਆਂ ਸਿੰਘਾਂ ਦੀਆਂ ਠਹਿਰਾਂ ਸੀ ਉੱਥੇ ਹੀ ਰੱਖਿਆ, ਉੱਥੇ ਹੀ ਅਸੀਂ ਵੱਡੇ ਹੋਏ, ਜਵਾਨ ਹੋ ਗਏ, ਅਤੇ ਫਿਰ ਜਾ ਕੇ ਕਾਫੀ ਚਿਰ ਬਾਅਦ ਫਿਰ ਜਾਣੀ ਕਿ ਆ ਕੇ ਫਿਰ ਪਿੰਡ 'ਚ ਆ ਕੇ ਵਸੇ, ਅਤੇ ਉਦੋਂ ਵੀ ਬਾਬਾ ਜੀ ਨੇ ਕਿਹਾ ਕਿ ਹੁਣ ਤੁਸੀਂ ਚਲੇ ਜਾਓ ਅਤੇ ਉੱਥੇ ਵਸੋ ਅਤੇ ਉੱਥੇ ਤੁਸੀਂ ਸ਼ਹੀਦੀ ਦਿਹਾੜਾ ਮਨਾਇਆ ਕਰੋ। ਉਦੋਂ ਤੋਂ ਟਕਸਾਲ ਦੇ ਸਿੰਘ ਆਉਂਦੇ ਸੀ ਅਤੇ ਮਨਾਉਂਦੇ ਸੀ, ਪਰ ਬੜੇ ਇੱਕ ਲੋਹ ਕੀ ਅਤੇ ਕਿਸੇ ਨੂੰ ਬਹੁਤਾ ਪਤਾ ਨਹੀਂ ਸੀ ਹੁੰਦਾ, ਪਰਿਵਾਰ ਲੈਵਲ 'ਤੇ ਜਾਂ ਕੁਛ ਜਿਹੜੇ ਬੰਦੇ, ਜਿੰਨਾ ਚਿਰ ਬਾਬਾ ਜੀ ਰਹੇ ਉਨਾ ਚਿਰ ਉਹ ਆਉਂਦੇ ਰਹੇ, ਉਸ ਤੋਂ ਬਾਅਦ ਹੁਣ ਪਰਿਵਾਰ ਵਾਲੇ ਜਾਂ ਹੋਰ ਪਿੰਡ ਵਾਲੇ ਨੌਜਵਾਨ ਉਹ ਇਕੱਠੇ ਹੋ ਕੇ ਇੱਕ ਛੋਟੀ ਜਿਹੀ ਸੰਗਤ ਉੱਥੇ ਉਹਨਾਂ ਦੇ ਮਨਾਉਂਦੇ। ਮੈਨੂੰ ਉਦੋਂ ਵੀ ਬੜੀ ਹੈਰਾਨੀ ਹੋਈ ਸੀ ਵੀ ਹੁਣ ਕਿ ਐਡਾ ਵੱਡਾ ਸਿੰਘ ਗੁਰਦੇਵ ਸਿੰਘ ਉਸਮਾਨ ਵਾਲਾ, ਇਹ ਸੰਘਰਸ਼ ਦਾ ਬਹੁਤ ਹੀ ਇੱਕ ਵੱਡਾ ਨਾਮ ਹੈ, ਕਿ ਸਾਨੂੰ ਮੈਨੂੰ ਨਹੀਂ ਸੀ ਪਤਾ। ਮੈਂ ਕਈ ਵਾਰ ਸੋਚਦਾ ਹੁੰਦਾ ਸੀ ਕਿ ਐਡੇ ਐਡੇ ਵੱਡੇ ਬੰਦਿਆਂ ਨੇ ਜਦੋਂ ਨਾਮ ਲੈਣਾ ਕਿ ਜਿਹੜੇ ਅਸਲ ਬੰਦੇ ਸੀ ਉਹਨਾਂ ਦਾ ਸਾਡੇ ਤੋਂ ਸ਼ਹੀਦੀ ਦਿਹਾੜਾ ਵੀ ਨਹੀਂ ਮਨਾਇਆ ਜਾ ਜਾ ਰਿਹਾ, ਅਤੇ ਫਿਰ ਪਤਾ ਲੱਗਿਆ ਕਿ ਉਹ ਤਾਂ ਮਨਾਇਆ ਜਾ ਰਿਹਾ ਸੀ ਅਤੇ ਬਾਬਾ ਠਾਕਰ ਸਿੰਘ ਹੀ
ਉਹਨਾਂ ਦੇ ਉੱਦਮ ਨਾਲ ਹੀ ਸਾਰਾ ਕੁਛ ਹੋ ਰਿਹਾ ਸੀ ਅਤੇ ਅੱਜ ਵੀ ਚੱਲ ਰਿਹਾ। ਅਤੇ ਕੱਲ੍ਹ 5 ਅਕਤੂਬਰ ਨੂੰ ਮੈਨੂੰ ਫੋਨ ਨਵੇਂ ਸ਼ਹਿਰ ਤੋਂ ਇੱਕ ਸਿੰਘ ਦਾ ਆਇਆ, ਆਪਣੇ ਢਾਡੀ ਸਿੰਘ ਨਹੀਂ ਸਤਨਾਮ ਸਿੰਘ ਹੋਣੀ, ਉਹ ਗੜਦੀਵਾਲ ਕੋਲ ਇੱਕ ਪਿੰਡ 'ਚ ਗਏ ਸੀ, ਪਿੰਡ ਬਾਲੇ 'ਚ ਉਹਨਾਂ ਨੂੰ ਜਿਹੜੇ ਰਮਦਾਸਪੁਰ ਵਾਲੇ ਮਹਾਂਪੁਰਖ ਆ ਸੰਤ ਉਹਨਾਂ ਨੇ ਬੁਲਾਇਆ ਸੀ। ਉੱਥੇ ਪਿੰਡ ਬਾਲੇ 'ਚ ਦੋ ਸਿੰਘਾਂ ਦੇ ਦੋ ਭਰਾ ਜਿਹੜੇ ਉਹਨਾਂ ਦਾ ਸ਼ਹੀਦੀ ਦਿਹਾੜਾ ਸੀ ਅਤੇ ਉਹਨਾਂ ਨੂੰ ਬੁਲਾਇਆ ਸੀ ਅਤੇ ਉੱਥੇ ਜਾ ਕੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਕਿਹਨਾਂ ਦਾ ਸ਼ਹੀਦੀ ਦਿਹਾੜਾ ਹੈ ਨਾ, ਅਤੇ ਉਹਨਾਂ ਨੇ ਕਿਤੇ ਸਾਨੂੰ ਮੈਨੂੰ ਫੋਨ ਕੀਤਾ ਅਤੇ ਦੱਸਿਆ ਕਿ ਇਸ ਤਰੀਕੇ ਨਾਲ ਮੈਨੂੰ ਉੱਥੇ ਪਤਾ ਲੱਗਿਆ ਕਿ ਜਿਹੜਾ ਸਿੰਘ ਗੁਰਚਰਨ ਸਿੰਘ ਆ ਉਹ ਤਾਂ ਉਹੀ ਸਿੰਘ ਆ ਜਿਹਨੂੰ ਆਪਾਂ ਬਾਬਾ ਸੁਰਿੰਦਰ ਸਿੰਘ ਹੁਣੀ ਕਹਿੰਦੇ ਹਾਂ, ਅਤੇ ਜਿਹੜਾ ਫੈਡਰੇਸ਼ਨ ਦੇ ਐਡਹੋਕ ਕਮੇਟੀ 5 ਮੈਂਬਰ ਦਾ ਵੀ ਮੈਂਬਰ ਸੀ ਅਤੇ ਲਿਬਰੇਸ਼ਨ ਫੋਰਸ ਦਾ ਲੈਫਟੀਨੈਂਟ ਜਨਰਲ ਵੀ ਸੀ, ਅਤੇ ਸਾਰੇ ਜਾਣੀ ਕਿ ਜੋ ਕਹਿ ਸਕਦੇ ਹਾਂ ਕਿ ਸੰਘਰਸ਼ ਦਾ ਇੱਕ ਮੇਨ ਧੁਰਾ ਸੀਗਾ ਇਹ ਤਾਂ ਉਹੀ ਉਹਨਾਂ ਦਾ ਹੀ ਘਰ ਸੀਗਾ ਅਤੇ ਨਾਲ ਉਹਦਾ ਭਰਾ ਦਾ, ਜਾਣੀ ਕਿ ਮੈਨੂੰ ਕੱਲ੍ਹ ਪਤਾ ਲੱਗਿਆ ਕਿ ਜਿਹੜਾ ਬਾਬਾ ਸੁਰਿੰਦਰ ਸਿੰਘ ਆ ਉਹਦਾ ਅਸਲ ਨਾਂ ਗੁਰਚਰਨ ਸਿੰਘ ਸੀਗਾ ਅਤੇ ਉਹਦਾ ਪਿੰਡ ਗੜਦੀਵਾਲ ਕੋਲ ਪਿੰਡ ਛੋਟਾ ਜਿਹਾ ਪਿੰਡ ਆ ਬਾਲਾ ਅਤੇ ਉਹ ਪਿੰਡ ਆ ਅਤੇ ਉਹਦੇ ਮਾਤਾ ਪਿਤਾ ਚੜ੍ਹਾਈ ਕਰ ਚੁੱਕੇ ਨੇ, ਇੱਕ ਭਰਾ ਬਾਹਰ ਆ ਅਤੇ ਭੈਣ ਹਰ ਵਾਰ ਆਉਂਦੀ ਅਤੇ ਇਹ ਵੀ ਸ਼ਹੀਦੀ ਦਿਹਾੜਾ ਬਹੁਤ ਪਹਿਲਾਂ ਤੋਂ ਹੀ ਮਨਾਇਆ ਜਾ ਰਿਹਾ ਪਿੰਡ ਲੈਵਲ 'ਤੇ ਹੀ ਅਤੇ ਜਿਹੜੇ ਰਮਦਾਸਪੁਰ ਵਾਲੇ ਬਾਬਾ ਜੀ ਆ ਉਹਨਾਂ ਦੇ ਉਦਮ ਨਾਲ ਉਹ ਹੀ ਉੱਥੋਂ ਸਿੰਘ ਭੇਜਦੇ ਆ ਪਾਠੀ ਵੀ ਅਤੇ ਕੀਰਤਨੀ ਅਤੇ ਉਹ ਆ ਕੇ ਮਨਾਉਂਦੇ, ਪਰ ਹੋ ਸਕਦਾ ਉਹਨਾਂ ਨੂੰ ਵੀ ਨਹੀਂ ਪਤਾ ਕਿ ਜਿਹੜਾ ਗੁਰਚਰਨ ਸਿੰਘ ਆ ਉਹ ਅਸਲ ਬੰਦਾ ਕੌਣ ਸੀ ਅਤੇ ਜਿਹੜਾ ਉਹਦਾ ਭਰਾ ਆ ਹਰਵਿੰਦਰ ਸਿੰਘ ਲੱਡੂ ਕੀ ਇਹਨਾਂ ਦੀ ਕਿੱਡੀ ਵੱਡੀ ਸੇਵਾ ਹੈ। ਮੈਨੂੰ ਬੜਾ ਜਦੋਂ ਕੱਲ੍ਹ ਇਹ ਗੱਲ ਆਈ ਅਤੇ ਪਹਿਲਾਂ ਗੁਰਦੇਵ ਸਿੰਘ ਹੋਣਾ ਬਾਰੇ ਅਤੇ ਫਿਰ ਸੁਰਿੰਦਰ ਸਿੰਘ ਬਾਰੇ ਇਹ ਲੱਗਿਆ ਕਿ ਇਹ ਦੋ ਤਾਂ ਜਿਹੜੇ ਜਿਹਨੂੰ ਕਹਿ ਸਕਦੇ ਹਾਂ ਕਿ ਆਪਣੇ ਫਾਊਂਡੇਸ਼ਨ ਸੰਘਰਸ਼ ਦੀ ਉਹ ਸੀਗੇ ਕਿ ਅਸੀਂ ਤਾਂ ਇਹਨਾਂ ਸਾਹਮਣੇ ਕੁਛ ਵੀ ਨਹੀਂ ਸੀਗੇ ਜਿਨ੍ਹਾਂ ਦੇ ਇੰਨੇ ਵੱਡੇ ਨਾਮ 'ਤੇ ਮਸ਼ਹੂਰ ਹੋਏ ਆ ਕਿ ਇਹ ਪਰਮਾਤਮਾ ਦੀ ਕੀ ਰਜ਼ਾ ਆ ਕੀ ਪਾਉਣਾ ਆ ਕਿ ਪੰਥ ਵਿੱਚ ਉਹਨਾਂ ਦਾ ਉਸ ਤਰੀਕੇ ਨਾਲ ਨਾਂ ਨਹੀਂ ਆ ਰਿਹਾ, ਪੰਥ ਉਸ ਤਰੀਕੇ ਉਹਨਾਂ ਨੂੰ ਯਾਦ ਨਹੀਂ ਕਰ ਰਿਹਾ। ਗੁਰਦੇਵ ਸਿੰਘ ਹੁਣੀ ਤਾਂ ਟਕਸਾਲ ਦੇ ਬਹੁਤ ਉੱਚੀ ਸ਼ਖਸੀਅਤ ਸੀ, ਉੱਥੇ ਵੀ ਉਹਨਾਂ ਨੂੰ ਕੋਈ ਉਸ ਤਰੀਕੇ ਨਾਲ ਯਾਦ ਨਹੀਂ ਕਰ ਰਿਹਾ ਅਤੇ ਬਾਬਾ ਗੜਦੀ ਵਾਲੇ ਵਾਲੇ ਸੰਗਤ ਨੂੰ ਨਹੀਂ ਪਤਾ ਕਿ ਜਿਹੜਾ ਗੁਰਚਰਨ ਸਿੰਘ ਆ ਇਹੋ ਹੀ ਬਾਬਾ ਸੁਰਿੰਦਰ ਸਿੰਘ ਉਹ ਆ ਜਿਹੜਾ ਇੱਕ ਸਾਰੇ ਸੰਘਰਸ਼ ਦੀ ਇੱਕ ਜਾਨ ਸੀਗੀ ਅਤੇ ਉਹਦਾ ਭਰਾ ਵੀ ਬਿਲਕੁਲ ਹੀ ਉਹੋ ਜਿਹਾ ਸੀ ਪਰ ਬੜੀ ਛੋਟੀ ਉਮਰ ਦਾ ਸੀ, ਉਹ ਤਾਂ ਹਲੇ 17-18 ਸਾਲਾਂ ਦਾ ਸੀ ਅਤੇ ਇਹਦੇ ਨਾਲ ਹੀ ਇਹ ਸਵਾਲ ਉੱਠਿਆ ਕਿ ਇੱਕ ਪਾਸੇ ਤਾਂ ਜਿਹੜੇ ਏਡੀਆਂ ਵੱਡੀਆਂ ਸ਼ਖਸੀਅਤਾਂ ਜਿਹੜੇ ਅਸਲ ਸਿੰਘ ਸੀ ਅਸਲ ਅਕਾਲੀ ਅਤੇ ਗੁਰੂ ਦੀ ਬਖਸ਼ਿਸ਼ ਵਾਲੇ ਸਿੰਘ ਸੀ ਜਿਹੜੇ ਇੱਥੋਂ ਪੂਰੀ ਤਰੀਕੇ ਨਾਲ ਸੁਰਖਰੂ ਹੋ ਕੇ ਹੋਏ ਗਏ ਆ ਪਰਖਾਂ ਲੰਘ ਕੇ
ਉਹਨਾਂ ਨੂੰ ਅਸੀਂ ਯਾਦ ਨਹੀਂ ਕਰ ਰਹੇ ਅਤੇ ਉਹਨਾਂ ਦੀ ਥਾਂ 'ਤੇ ਜਿਹੜੇ ਬੰਦੇ ਹੁਣ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ ਕਈ ਤਰੀਕੇ ਨਾਲ, ਕਈ ਦਾਅਵਿਆਂ ਨਾਲ, ਕਈ ਦਿਖਾਵਿਆਂ ਨਾਲ, ਕਈ ਪਖੰਡਾਂ ਨਾਲ ਅਤੇ ਕਈ ਜ਼ੋਰ ਨਾਲ, ਕਿ ਉਹ ਕਿੱਡੇ ਹਲਕੇ ਬੰਦੇ ਨੇ, ਇਹ ਕੀ ਹੋ ਰਿਹਾ, ਕਿੰਨੀ ਨਕਲ, ਕਿੰਨਾ ਝੂਠ, ਕੀ ਕੁਛ ਹੈ। ਬਾਬਾ ਭਾਈ ਗੁਰਦੇਵ ਸਿੰਘ ਉਸਮਾਂ ਵਾਲੇ, ਇਹ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਗੁਰ ਭਾਈ ਸੀ। ਆਪਸ ਵਿੱਚ ਬਹੁਤ ਜ਼ਿਆਦਾ ਪਿਆਰ ਕਰ ਸੀ ਅਤੇ ਉਹ ਇਹਨਾਂ ਦਾ ਬਹੁਤ ਜ਼ਿਆਦਾ ਖਿਆਲ ਕਰ ਰੱਖਦੇ ਸੀ ਅਤੇ ਇਹਨਾਂ ਤੋਂ ਸਲਾਹ ਲੈਂਦੇ ਸੀ ਜਦੋਂ ਵੀ ਕੋਈ ਖਾਸ ਗੱਲ ਹੋਵੇ। ਇਹ 94 ਸਿੰਘ ਸੀ ਜਿਹੜੇ ਅਭਿਆਸੀ ਸੀ, ਜਿਨ੍ਹਾਂ ਦੀ ਸੁਰਤ ਬਹੁਤ ਉੱਪਰਲੇ ਦਰਜਿਆਂ 'ਚ ਜਾ ਚੁੱਕੀ ਸੀ ਅਤੇ ਜਦੋਂ ਸੰਘਰਸ਼ ਤੋਂ ਬਾਅਦ ਸਰਬੱਤ ਖਾਲਸਾ ਹੋਇਆ ਅਤੇ ਜਦੋਂ ਉੱਥੇ ਚੋਣ ਕਰਨੀ ਪਈ 5 ਮੈਂਬਰੀ ਕਮੇਟੀ ਦੀ, ਕੁਦਰਤੀ ਸੀ ਕਿ ਟਕਸਾਲ ਵੱਲੋਂ ਜਿਹੜੇ ਜ਼ਿਆਦਾ ਸਿੰਘਾਂ ਦੀ ਇਹੀ ਰਾਏ ਸੀ ਕਿ ਉਹਨਾਂ ਤੋਂ ਬਿਨਾਂ ਹੋਰ ਕੌਣ ਹੋ ਸਕਦਾ ਹੈ। ਭਾਵੇਂ ਉਹ ਬਿਲਕੁਲ ਨਹੀਂ ਸੀ ਚਾਹੁੰਦੇ ਉਹ ਕਦੀ ਵੀ ਆਪਣਾ ਨਾਂ ਅਖਬਾਰ 'ਚ ਆਉਣਾ ਜਾਂ ਕੋਈ ਅਹੁਦਾ, ਜਾਂ ਇੱਥੋਂ ਤੱਕ ਕਿ ਜ਼ਿਆਦਾ ਬੰਦਿਆਂ 'ਚ ਵੀ ਆਪਣੇ ਆਪ ਹਾਜ਼ਰ ਹੋਣਾ ਨਹੀਂ ਸੀ ਚਾਹੁੰਦੇ। ਫੋਟੋ ਤਾਂ ਦੂਰ ਦੀ ਗੱਲ ਆ, ਉਹ ਤਾਂ ਅਸੀਂ ਦੇਖਿਆ ਕਿ ਨਹੀਂ, ਪਰ ਸਾਰੀ ਸੰਗਤ ਨੇ ਉਦੋਂ ਇਹਨਾਂ ਨੂੰ 5 ਮੈਂਬਰੀ ਕਮੇਟੀ ਦਾ ਮੈਂਬਰ ਬਣਾ ਦਿੱਤਾ ਅਤੇ ਉਹ ਫੈਸਲਾ ਬਿਲਕੁਲ ਸਹੀ ਸੀ। ਉਸ ਤੋਂ ਬਾਅਦ ਟਕਸਾਲ ਅਤੇ KCF ਨਾਲ ਸੰਬੰਧਿਤ ਜਿੰਨੇ ਵੀ ਸਿੰਘ, ਜਿੰਨੇ ਜਥਿਆਂ, ਉਹਨਾਂ ਵਿੱਚੋਂ ਸਾਰਿਆਂ 'ਚ ਜਾਂਦੇ ਸੀ ਅਤੇ ਸਾਰਿਆਂ ਨੂੰ ਇੱਕ ਜਿਹੜੀ ਰੂਹਾਨੀ ਖੁਰਾਕ ਵਜੋਂ ਸਿੰਘ ਲੈ ਜਾਂਦੇ ਸੀ ਆਪਣੇ ਆਪਣੇ ਜਥਿਆਂ 'ਚ, ਅਤੇ ਉਹ ਐਕਸ਼ਨਾਂ ਵਿੱਚ ਵੀ ਨਾਲ ਜਾਂਦੇ ਸੀ ਅਤੇ ਉਹਨਾਂ ਨੂੰ ਸਿਮਰਨ ਦਾ, ਨਾਮ ਜਪਣ ਦਾ, ਸੰਥਿਆ ਦਾ, ਕਿਰਦਾਰ ਦਾ ਜੋ ਰੋਲ ਆ, ਇਤਿਹਾਸ ਆ, ਉਹਦੇ ਬਾਰੇ ਸਿੱਖਿਆ ਦਿੰਦੇ ਸੀ ਅਤੇ ਉਹਨਾਂ ਦਾ ਬੜਾ ਅਸਰ ਹੁੰਦਾ ਸੀ। ਸਾਰਿਆਂ ਜਿੰਨੇ ਵੀ ਜਥੇ ਹੁੰਦੇ ਸੀ KCF ਦੇ ਜਾਂ ਫੈਡਰੇਸ਼ਨ ਦੇ ਜਾਂ ਹੋਰ ਵੀ ਸਿੰਘ, ਇੱਥੋਂ ਤੱਕ ਕਿ ਲਿਬਰੇਸ਼ਨ ਫੋਰਸ ਵਾਲੇ ਵੀ, ਉਹਨਾਂ 'ਚ ਇਹ ਹੁੰਦੇ ਸੀ ਕਿ ਜਿਹੜੇ ਇਹ ਸਿੰਘ ਨੇ ਇਸ ਤਰ੍ਹਾਂ ਦੇ ਭਾਈ ਗੁਰਦੇਵ ਸਿੰਘ ਵਰਗੇ, ਉਹਨਾਂ ਨੂੰ ਸਪੈਸ਼ਲ ਬੁਲਾਇਆ ਜਾਂਦਾ ਸੀ ਸਾਡੇ ਕੋਲ ਕੁਛ ਦਿਨ ਆ ਕੇ ਰਹਿ ਜਾਓ। ਫਿਰ ਮੈਂ ਦੇਖਿਆ ਕਿ ਜਿਹੜੀਆਂ ਠਹਿਰਾਂ 'ਤੇ ਉਹ ਚਲੇ ਜਾਂਦੇ ਸੀ ਉਹ ਪਿੰਡ ਜਾਂ ਠਹਿਰ ਉਹਨਾਂ ਨੂੰ ਛੱਡਦੇ ਹੀ ਨਹੀਂ ਸੀ, ਉਹ ਉੱਥੇ ਰੰਗ ਹੀ ਲਾ ਦਿੰਦੇ ਸੀ ਨਾਮ ਦਾ ਹੀ ਅਤੇ ਉੱਥੇ ਮਾਹੌਲ ਹੀ ਬਦਲ ਜਾਂਦਾ ਸੀ। ਫਿਰ ਉਹ ਬਿਲਕੁਲ ਹੀ ਇੰਨੇ ਨਿਮਰ ਸੀ, ਯਾਨੀ ਕਿ ਤੁਹਾਨੂੰ ਪਤਾ ਲੱਗਦਾ ਸੀ ਕਿ ਇਹ ਬੰਦੇ ਕਿਤੇ ਹੋਰ ਦੁਨੀਆਂ 'ਚ ਵਿਚਰਦੇ ਆ, ਭਾਈ ਗੁਰਦੇਵ ਸਿੰਘ ਹੋਣੀ, ਬਾਬਾ ਸੁਰਿੰਦਰ ਸਿੰਘ ਹੋਣੀ। ਇਸ ਤਰ੍ਹਾਂ ਹੀ ਬਾਬਾ ਸੁਰਿੰਦਰ ਸਿੰਘ ਸੀ, ਬਹੁਤ ਹੀ ਨਾਮ ਰਸੀਆ, ਬਹੁਤ ਅਭਿਆਸ ਵਾਲਾ ਸਿੰਘ, ਜਿਨ੍ਹਾਂ ਦੇ ਲੰਬੇ ਚੌਂਕੜੇ ਸੀ ਅਤੇ ਜਿਨ੍ਹਾਂ ਦੀ ਸੁਰਤ ਬਹੁਤ ਗੁਰੂ ਦੀ ਬਖਸ਼ਿਸ਼ ਸੀ। ਬਾਬਾ ਸੁਰਿੰਦਰ ਸਿੰਘ ਹੋਣੀ ਤਾਂ ਭਾਈ ਗੁਰਜੰਟ ਸਿੰਘ, ਬੁੱਧ ਸਿੰਘ ਵਾਲਾ ਹੋਣੀ, ਲਿਬਰੇਸ਼ਨ ਫੋਰਸ ਅਵਤਾਰ ਸਿੰਘ ਬ੍ਰਹਮਾ, ਸਾਰਿਆਂ ਨਾਲ ਜਾਣੀ ਕਿ ਮੇਨ ਸਿੰਘ ਸੀਗਾ ਲਿਬਰੇਸ਼ਨ ਫੋਰਸ, ਜਿੰਨੇ ਵੀ ਕੋਈ ਐਕਸ਼ਨ ਹੋਏ ਆ, ਜਿੰਨੀਆਂ ਪਲੈਨਿੰਗਸ ਹੋਈਆਂ, ਸਾਰਿਆਂ ਵਿੱਚ ਉਹਦੀ ਸਲਾਹ ਲਈ ਜਾਂਦੀ ਸੀ, ਉਹ ਸ਼ਾਮਿਲ ਹੁੰਦਾ ਸੀ। ਅਤੇ ਜਿਸ ਤਰ੍ਹਾਂ ਭਾਈ ਗੁਰਦੇਵ ਸਿੰਘ ਦਾ
ਦੋ ਉੱਧਰਲੇ ਪਾਸੇ ਹਾਲ ਸੀ ਕਮਾਂਡੋ ਫੋਰਸ, ਇਸੇ ਤਰ੍ਹਾਂ ਇਹਨਾਂ ਦਾ ਇੱਧਰ ਸੀਗਾ। ਅਤੇ ਇਹਨਾਂ ਨੂੰ ਲਿਬਰੇਸ਼ਨ ਫੋਰਸ 'ਚ ਲੈਫਟੀਨੈਂਟ ਜਨਰਲ ਵਜੋਂ ਵੀ ਰੱਖਿਆ ਗਿਆ। ਫਿਰ ਜਦੋਂ ਫੈਡਰੇਸ਼ਨ ਦੀ ਏਕਤਾ ਹੋਈ, ਮੈਨੂੰ ਅੱਗੇ ਲਿਆਂਦਾ ਗਿਆ ਅਤੇ ਉਦੋਂ ਇਹਨਾਂ ਨੂੰ 5 ਮੈਂਬਰੀ ਕਮੇਟੀ 'ਚ ਲਿਆਂਦਾ। ਜਦੋਂ ਲਿਆਂਦਾ ਉਦੋਂ ਇਹ ਬੜੇ ਪਰੇਸ਼ਾਨ ਹੋਏ ਕਿ ਮੈਨੂੰ ਕਿਉਂ ਲਿਆਂਦਾ। ਉਹ ਫਿਰ ਉਹ ਸਾਰੇ ਸਿੰਘਾਂ ਨੂੰ ਜਾਣੀ ਕਿ ਹੁਕਮ ਕਰਨਾ ਪਿਆ ਕਿ ਇਹ ਤਾਂ ਸੰਗਤ ਦਾ ਹੁਕਮ ਹੈ, ਜਾਣੀ ਕਿ ਉਹ ਗੁਪਤ ਪਿੱਛੇ ਰਹਿ ਕੇ ਕੰਮ ਕਰਨ ਵਾਲੇ ਸੀ। ਬਾਬਾ ਸੁਰਿੰਦਰ ਸਿੰਘ ਹੋਣਾ ਅਤੇ ਉਹਦੇ ਛੋਟੇ ਭਰਾ ਦੇ ਅਤੇ ਐਕਸ਼ਨਾਂ 'ਚ ਵੀ ਬਹੁਤ ਜ਼ਿਆਦਾ ਐਕਸ਼ਨ ਸਾਰੇ ਪੰਜਾਬ 'ਚ, ਜਿੱਥੇ ਵੀ ਜਾਓ ਦੁਆਬਾ, ਮਾਝਾ, ਮਾਲਵਾ 'ਚ ਜਿਹੜੇ ਵੱਡੇ ਐਕਸ਼ਨ ਹੋਏ, ਸਾਰਿਆਂ 'ਚ ਉਹ ਕਿਸੇ ਨਾ ਕਿਸੇ ਰੂਪ 'ਚ ਸ਼ਾਮਿਲ ਸੀ। ਅਤੇ ਜਿਹੜੀ ਅਸਲ ਗੱਲ ਸੀ ਇਹਨਾਂ ਦੋਵਾਂ ਸਿੰਘਾਂ ਦੀ, ਕਿ ਤੁਸੀਂ ਦੇਖੋ ਕਿ ਇਹਨਾਂ ਦਾ ਰੁਤਬਾ ਉੱਥੇ ਭਾਈ ਗੁਰਦੇਵ ਸਿੰਘ ਹੋਣਾ ਦਾ, ਬਾਬਾ ਸੁਰਿੰਦਰ ਸਿੰਘ ਹੋਣਾ ਦਾ, ਬਾਬਾ ਸੁਰਿੰਦਰ ਸਿੰਘ ਉਰਫ ਗੁਰਚਰਨ ਸਿੰਘ ਪਿੰਡ ਬਾਲਾ, ਕਿਉਂਕਿ ਲੋਕਾਂ ਨੂੰ ਨਹੀਂ ਪਤਾ ਕਿ ਇਹ ਉਹ ਸਿੰਘ ਨੇ। ਸਾਨੂੰ ਵੀ ਨਹੀਂ ਪਤਾ ਸੀ, ਮੈਨੂੰ ਕੱਲ੍ਹ ਪਤਾ ਲੱਗਿਆ। ਮੈਨੂੰ ਇਹ ਪਤਾ ਸੀ ਕਿ ਗੜ੍ਹ ਦੀ ਵਾਲ ਉਹਦੇ ਨੇੜੇ ਤੇੜੇ ਉਹਦਾ ਪਿੰਡ ਆ। ਅਤੇ ਇੱਕ ਵਾਰ ਜਦੋਂ ਮੈਂ ਜੇਲ੍ਹ 'ਚੋਂ ਬਾਹਰ ਆਇਆ ਸੀ, ਇੱਕ ਸ਼ਹੀਦੀ ਸਮਾਗਮ ਸੀ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ, ਅਤੇ ਰਾਤ ਨੂੰ ਬੜੀ ਕਾਹਲੀ ਕਾਹਲੀ 'ਚ ਮੈਨੂੰ ਕਿਸੇ ਮਾਨਸ ਦਲ ਦਾ ਇੱਕ ਜਥੇਦਾਰ ਸੀ, ਉਹਨੇ ਲਿਆ ਬੀਬੀ ਨੂੰ ਬਜ਼ੁਰਗ ਨੂੰ ਮਿਲਾਇਆ ਅਤੇ ਉਹਨੇ ਕਿਹਾ ਕਿ ਇਹ ਭਾਈ ਸੁਰਿੰਦਰ ਸਿੰਘ ਉਹਨਾਂ ਦੇ ਮਾਤਾ ਜੀ ਆ। ਉਹ ਬਹੁਤ ਕਾਹਲੀ ਕਾਹਲੀ 'ਚ ਮਿਲੋ, ਉਹ ਬਹੁਤ ਹੀ ਇੱਕ ਪਹੁੰਚੀ ਹੋਈ ਸ਼ਖਸੀਅਤ ਸੀ ਅਤੇ ਉਹਨਾਂ ਨੇ ਮੈਨੂੰ ਦੇਖ ਕੇ ਬੜੇ ਹੀ ਖੁਸ਼ ਹੋਏ। ਇੱਥੇ ਕੋਈ ਬਹੁਤੀ ਗੱਲ ਨਹੀਂ ਹੋਈ, ਮੈਨੂੰ ਉਹਨਾਂ ਨੇ ਬੜਾ ਪਿਆਰ ਦਿੱਤਾ, ਮੈਨੂੰ ਹਾਲੇ ਵੀ ਯਾਦ ਆ, ਬਹੁਤ ਬਜ਼ੁਰਗ ਸੀ। ਅਤੇ ਮੈਂ ਉਹਨਾਂ ਤੋਂ ਬਹੁਤ ਗੱਲਾਂ ਕਰਨਾ ਚਾਹੁੰਦਾ ਸੀ, ਪਰ ਉਹ ਹਾਲਾਤ ਹੈ ਨਹੀਂ ਸੀ ਇਸ ਤਰੀਕੇ ਦਾ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਵੇਂ ਹੋ, ਕਹਿੰਦੇ ਅਸੀਂ ਤਾਂ ਬਹੁਤ ਠੀਕ ਹਾਂ। ਮੈਂ ਬਾਬਾ ਜੀ ਬਾਰੇ, ਮੈਨੂੰ ਇਹ ਵੀ ਨਹੀਂ ਸੀ, ਮੈਨੂੰ ਨਹੀਂ ਸੀ ਪਤਾ ਕਿ ਉਹਨਾਂ ਦਾ ਨਾਂ ਪਿੰਡ 'ਚ ਕੋਈ ਹੋਰ ਆ, ਮੈਂ ਤਾਂ ਬਾਬਾ ਸੁਰਿੰਦਰ ਸਿੰਘ ਕਰਕੇ ਕਿਹਾ। ਉਹਨਾਂ ਨੇ ਕੁਛ ਨਹੀਂ, ਉਹਨਾਂ ਨੇ ਕਿਹਾ ਕਿ ਉਹ ਗੁਰੂ ਦੀਆਂ ਹੀ ਦਾਤਾਂ ਸੀ, ਗੁਰੂ ਕੋਲ ਚਲੇ ਗਏ। ਉਸ ਤੋਂ ਬਾਅਦ ਉਹਨਾਂ ਦਾ ਵੀ ਮੈਨੂੰ, ਮੈਂ ਨਹੀਂ ਮਿਲ ਸਕਿਆ, ਮੈਨੂੰ ਕੁਛ ਨਹੀਂ ਪਤਾ ਲੱਗਿਆ। ਅਤੇ ਕੱਲ੍ਹ ਪਤਾ ਲੱਗਿਆ ਹੈ ਕਿ ਇਹ ਸਿੰਘ ਕੌਣ ਸੀ। ਅਤੇ ਉਹਨਾਂ ਦੇ ਇਲਾਕੇ ਦੇ ਪਿੰਡ ਵਾਲੇ ਹਰ ਸਾਲ ਉਦੋਂ ਦੀ ਬਰਸੀ ਮਨਾਉਂਦੇ ਆ, ਪਰ ਪਿੰਡ ਵਾਲਿਆਂ ਨੂੰ ਵੀ ਨਹੀਂ ਪਤਾ ਕਿ ਸਾਡੇ ਜਿਹੜੇ ਨੌਜਵਾਨ, ਇਹਨਾਂ ਦਾ ਕਿਰਦਾਰ ਕੀ ਸੀ, ਇਹਨਾਂ ਦਾ ਰੁਤਬਾ ਕੀ ਸੀ, ਇਹ ਕਿਸ ਅਵਸਥਾ ਦੇ ਸਿੰਘ ਸਨ। ਮੈਂ ਅੱਜ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਦੋਵੇਂ ਭਰਾ, ਇਹ 84 ਤੋਂ ਬਾਅਦ ਸੰਤਾਂ ਦੀ ਸੱਦ ਸੁਣ ਕੇ ਸੰਘਰਸ਼ 'ਚ ਆਏ ਸੀ। ਕਿਸ ਤਰ੍ਹਾਂ ਇਹ ਮੈਨੂੰ ਕੋਈ ਪਤਾ ਨਹੀਂ, ਪਰ ਜਦੋਂ ਆਏ ਸਾਡੇ ਵਿੱਚ ਅਤੇ ਇਹ ਇੱਧਰ ਲਿਬਰੇਸ਼ਨ ਫੋਰਸ ਭਾਈ ਗੁਰਜੰਟ ਸਿੰਘ ਹੋਣਾ ਨਾਲ ਆਏ ਅਤੇ ਉੱਥੇ ਮੈਂ ਮਿਲਿਆ। ਅਤੇ ਉੱਥੇ ਇਹਨਾਂ ਨੂੰ ਬਾਬਾ ਸੁਰਿੰਦਰ ਸਿੰਘ ਕਿਹਾ ਜਾਂਦਾ ਸੀ ਅਤੇ ਛੋਟਾ ਭਰਾ ਉਹ ਵੀ ਬਾਅਦ 'ਚ ਆ ਗਿਆ, ਉਹਨੂੰ ਲੱਡੂ ਕਿਹਾ ਜਾਂਦਾ ਸੀ। ਅਤੇ ਹੋਰ ਕੁਛ ਨਹੀਂ ਸੀ ਪਤਾ। ਪਰ ਥੋੜ੍ਹੇ ਚਿਰ 'ਚ ਹੀ ਇਹਨਾਂ ਦੀ ਸਾਰੇ ਸੰਘਰਸ਼ ਦੇ ਵਿੱਚ, ਜਥੇਬੰਦੀ 'ਚ ਸਾਰੇ 'ਚ ਇੰਨੇ ਹਰਮਨ ਪਿਆਰੇ ਅਤੇ ਇੰਨੀ
ਜਾਣੀ ਕਿ ਸਾਰੇ ਚੜ੍ਹਤ ਹੋ ਗਈ, ਰੂਹਾਨੀ ਚੜ੍ਹਤ ਕਹੋ ਕਿ ਸਾਰੇ ਹੀ ਇਹਨਾਂ ਨੂੰ ਜਾਣਨ ਲੱਗ ਪਏ। ਜੋ ਸੰਘਰਸ਼ ਆ ਉਹ ਸਾਰੇ ਹੀ ਜਾਣਦੇ ਸੀ ਕਿ ਬਾਬਾ ਸੁਰਿੰਦਰ ਸਿੰਘ ਅਤੇ ਭਾਈ ਗੁਰਦੇਵ ਸਿੰਘ ਇਹ ਸੰਘਰਸ਼ ਦੀ ਜੇ ਤੁਸੀਂ ਕਹੋ ਜਿਹੜਾ ਬਿਲਕੁਲ ਕੋਰ ਹੁੰਦਾ ਆ, ਅਸਲ ਧੁਰਾ ਜਿਹਦੇ ਆਲੇ ਦੁਆਲੇ ਘੁੰਮਦੇ ਆ, ਉਹਦੇ ਧੁਰੇ ਦੇ ਵੀ ਧੁਰੇ ਜਿਹੜੇ ਆ ਇਹ ਉਹਨਾਂ ਬੰਦਿਆਂ 'ਚੋਂ ਸੀਗੇ। ਅਤੇ ਨਾਮ ਬਾਣੀ ਦੇ ਅਭਿਆਸੀ ਰਸੀਏ ਜਿਹੜੇ ਕਈ ਕਈ ਘੰਟੇ ਲਗਾਤਾਰ ਰਾਤ ਦਿਨ ਨਾਮ ਜਪਣ ਵਾਲੇ ਸੀ, ਜਪਾਉਣ ਵਾਲੇ ਸੀ, ਅਤੇ ਸੇਵਾ ਕਰਨ ਵਾਲੇ ਸੀ, ਕੋਈ ਅਹੁਦਾ ਕੋਈ ਨਾਮ ਕਿਤੇ ਕੋਈ ਆਪਣਾ ਜ਼ਿਕਰ ਨਹੀਂ ਸੀ ਚਾਹੁੰਦੇ। ਜਿੱਥੇ ਜ਼ਿਕਰ ਹੁੰਦਾ ਸੀ ਉੱਥੇ ਜਾਣਾ ਬਾਣਾ ਬੰਦ ਕਰ ਦਿੰਦੇ ਸੀ ਜਾਣਾ। ਅਤੇ ਬਹੁਤ ਹੀ ਨਿਮਰਤਾ ਅਤੇ ਪਿਆਰ ਮੁਹੱਬਤ ਦੇ ਰੂਪ ਸੀ, ਜਿੱਥੇ ਜਾਂਦੇ ਸੀ ਉਹ ਸਾਰੇ ਸਿੰਘ ਇਹਨਾਂ ਦੇ ਹੀ ਹੋ ਜਾਂਦੇ ਸੀ। ਈਵਨ ਠਹਿਰਾਂ ਵਾਲੇ ਵੀ ਇਹਨਾਂ ਨੂੰ ਛੱਡਦੇ ਨਹੀਂ ਸੀਗੇ ਦੋਵਾਂ ਨੂੰ। ਅਤੇ ਮੈਂ ਦੇਖਿਆ ਕਿ ਇਹਨਾਂ ਦੋਵਾਂ ਦਾ ਅਸਰ ਪੈਂਦਾ ਸੀਗਾ, ਜਿੱਥੇ ਆ ਕੇ ਬਹਿ ਜਾਂਦੇ ਸੀ ਉੱਥੇ ਮਾਹੌਲ ਬਦਲ ਜਾਂਦਾ ਸੀ। ਸਾਨੂੰ ਉਦੋਂ ਨਹੀਂ ਸੀ ਸਮਝ ਲੱਗਦੀ ਕਿ ਇਹ ਮਾਹੌਲ ਕਿਉਂ ਬਦਲਦਾ, ਹੁਣ ਸਮਝ ਲੱਗਦੀ ਹੈ ਕਿ ਉਹਨਾਂ 'ਤੇ ਉਹਨਾਂ ਦੇ ਸਿਮਰਨ ਵੱਡਾ ਸੀ, ਉਹਨਾਂ ਦੇ ਨਾਮ ਅਭਿਆਸ ਵੱਡਾ ਸੀ, ਉਹ ਬਹੁਤ ਉੱਪਰ ਜਾ ਚੁੱਕੇ ਸੀ। ਉਹਨਾਂ ਲਈ ਐਕਸ਼ਨ ਕਰਨੇ ਜਾਂ ਇਹ ਕੋਈ ਆਮ ਕੋਈ ਖਾਸ ਗੱਲਾਂ ਨਹੀਂ ਸੀ, ਨਾ ਕੋਈ ਪਾਰਟੀਆਂ ਖਾਸ ਗੱਲਾਂ ਸੀ, ਨਾ ਕੋਈ ਅਹੁਦੇ। ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਕਿਹੜੀਆਂ ਪਰਖਾਂ 'ਚੋਂ ਲੰਘਣਾ ਅਤੇ ਕਿੱਥੇ ਜਾਣਾ। ਸਾਨੂੰ ਉਦੋਂ ਇਸ ਤਰ੍ਹਾਂ ਨਹੀਂ ਸੀ। ਮੈਂ ਇੱਥੇ ਅੱਜ ਕਹਿ ਸਕਦਾ ਕਿ ਜਿੰਨੀ ਅਸੀਂ ਬਹੁਤ ਮਸ਼ਹੂਰ ਹੋਏ ਹਾਂ, ਮੈਂ ਅਤੇ ਹੋਰ ਸਾਰੇ ਉਸ ਵਕਤ ਵੀ ਇਹ ਦੋਈ ਸਿੰਘ ਸਾਰਿਆਂ ਨਾਲੋਂ ਬਹੁਤ ਵੱਡੇ ਸੀ। ਸਾਰਿਆਂ ਨੂੰ ਪਤਾ ਸੀ ਕਿ ਸਾਡੇ ਤੋਂ ਵੱਡੇ ਆ ਬੰਦੇ, ਕਮਾਈ 'ਚ ਵੀ ਹਰ ਤਰੀਕੇ ਨਾਲ। ਅਤੇ ਫਿਰ ਸ਼ਹੀਦ ਹੋ ਜਾਂਦੇ ਆ। ਅੱਛਾ ਦੇਖੋ ਕਿ ਇਹਨਾਂ ਦੀ ਸ਼ਹਾਦਤ ਕਿਵੇਂ ਹੁੰਦੀ ਆ। ਅਤੇ ਇਹਨਾਂ ਨੂੰ ਇਹ ਵੀ ਪਤਾ ਸੀ ਪਰਖਾਂ 'ਚੋਂ ਲੰਘਣਾ, ਦੋਵਾਂ ਦੀ ਸ਼ਹਾਦਤਾਂ ਵੀ ਇੱਕੋ ਹੀ ਤਰ੍ਹਾਂ ਦੀਆਂ। ਭਾਈ ਗੁਰਦੇਵ ਸਿੰਘ ਹੁਣੀ 86 ਦੇ ਅਖੀਰ 'ਚ ਸ਼ਾਇਦ ਗ੍ਰਿਫਤਾਰ ਹੋਏ, ਅਤੇ ਇਹਨਾਂ ਨੂੰ ਅੰਤਾਂ ਦਾ ਤਸ਼ੱਦਦ ਜੋ ਹੋ ਸਕਦਾ ਕੀਤਾ। ਅਤੇ ਜੋ ਸਾਡੇ ਤੱਕ ਖਬਰ ਆਈ ਕਿ ਕਿਉਂਕਿ ਸਿਮਰਨ ਦੇ ਬਹੁਤ ਪੱਕੇ ਸੀ, ਅਭਿਆਸੀ ਸੀਗੇ, ਸੰਤਾਂ ਨੇ ਇਹਨਾਂ ਨੂੰ ਅਭਿਆਸੀ ਦਾ ਤਖੱਲਸ ਦਿੱਤਾ ਹੋਇਆ ਸੀ, ਅਤੇ ਇਹ ਪਾਠ ਹੀ ਕਰਦੇ ਰਹੇ ਜਪਜੀ ਸਾਹਿਬ ਦਾ। ਅਤੇ ਇਹਨਾਂ 'ਤੇ ਬਹੁਤ ਹੀ ਤਸ਼ੱਦਦ ਹੋਇਆ। ਅਖੀਰ 'ਚ ਫਿਰ ਇੱਕ ਕੋਈ ਬੰਦਾ ਸੀ ਉਹਨਾਂ ਦੇ ਇਲਾਕੇ ਦਾ ਹੀ ਸੀ ਥਾਣੇਦਾਰ, ਉਹਨੇ ਆ ਕੇ ਆਪਣੇ ਬੂਟ ਪਾ ਕੇ ਇਹਨਾਂ ਦਾ ਮੂੰਹ ਭੰਨ ਦਿੱਤਾ ਕਿ ਕਿਸੇ ਤਰੀਕੇ ਨਾਲ ਪਾਠ ਬੰਦ ਕਰਾਓ। ਉਹ ਜਪਜੀ ਸਾਹਿਬ ਕਰਦੇ ਕਰਦੇ ਉਹ ਕਿੱਦਾਂ ਸ਼ਹੀਦ ਹੁੰਦੇ ਇਸ ਤੋਂ ਬਾਅਦ ਸਾਨੂੰ ਕੋਈ ਪਤਾ ਨਹੀਂ, ਪਰ ਇੱਥੋਂ ਤੱਕ ਪਤਾ ਕਿ ਕਈ ਦਿਨ ਤੱਕ ਉਹਨਾਂ ਦੇ ਇੱਦਾਂ ਹੀ ਤਸ਼ੱਦਦ ਚੱਲਦਾ ਰਿਹਾ, ਅਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ। ਇਸੇ ਤਰ੍ਹਾਂ ਹੀ ਉਹ ਗੁਰੂ ਨੂੰ ਪਿਆਰੇ ਹੋ ਗਏ ਹੋਣ, ਅਤੇ ਉਹ ਪੂਰੇ ਗੁਰੂ ਨੇ ਤਾਂ ਹੈ ਹੀ ਉਹ ਬਹੁਤ ਬਖਸ਼ਿਸ਼ ਵਾਲੇ ਸੀ, ਅਤੇ ਉਸ ਪਰਖ 'ਚੋਂ ਵੀ ਉਹ ਬਹੁਤ ਹੀ ਸੁਰਖਰੂ ਹੋ ਕੇ ਲੰਘਣੀ। ਇਸੇ ਤਰ੍ਹਾਂ ਭਾਈ ਸੁਰਿੰਦਰ ਸਿੰਘ ਹੁਣੀ ਇਹ
ਨਵੇਂ ਸ਼ਹਿਰ ਦੇ ਇਲਾਕੇ 'ਚ ਰੈਸਟ ਹੋਏ। ਕਿਸੇ ਬੰਦੇ ਨੇ ਇਹਨਾਂ ਨੂੰ ਧੋਖੇ ਨਾਲ ਫੜਾਇਆ, ਅਤੇ ਜਦੋਂ ਫੜਾਇਆ ਤਾਂ ਪਹਿਲਾਂ ਈਵਨ KPS ਗਿੱਲ ਨੂੰ ਵੀ ਪਤਾ ਸੀ ਕਿ ਅੱਜ ਬੰਦਾ ਗੁਰਜੰਟ ਸਿੰਘ ਦਾ ਸਭ ਤੋਂ ਨੰਬਰ 2 ਬੰਦਾ ਫੜਿਆ ਜਾਣਾ, ਅਤੇ ਉਹ ਵੀ ਉੱਥੇ ਬੰਗੇ CI ਸਟਾਫ 'ਚ ਪਹਿਲਾਂ ਹੀ ਬੈਠਾ ਸੀ। ਅਤੇ ਫਿਰ ਫੜ ਲਿਆ ਅਤੇ ਫਿਰ ਲੈ ਗਏ ਆ। ਫਿਰ ਜੋ ਉੱਥੇ ਜੋ ਕਹਾਣੀ ਹੋਈ ਆ ਉਹ ਤਾਂ ਪੁਲਿਸ ਵਾਲਿਆਂ ਨੇ ਅੱਗੇ ਸੁਣਾਈ ਆ ਕਿ ਜੋ ਵੀ ਤਸ਼ੱਦਦ ਹੋ ਸਕਦਾ ਬਾਬਾ ਜੀ ਹੁਣਾਂ 'ਤੇ ਹੋਇਆ, ਕੱਟ ਵੱਢ ਚੀਰ ਫਾੜ ਸਭ ਕੁਛ ਜੋ ਅੰਤਾਂ ਦਾ ਹੋਇਆ ਉਹਨਾਂ ਦਾ ਵੀ ਇਸੇ ਤਰ੍ਹਾਂ ਹੀ ਸੁਣਦੇ ਹਾਂ ਕਿ ਉਹ ਵੀ ਪਾਠ ਹੀ ਨਹੀਂ ਪਾਠ ਹੀ ਕਰਦੇ ਰਹੇ। ਅਤੇ ਕਿਸੇ ਸੀਨੀਅਰ ਅਫਸਰ ਨੇ ਕਿਹਾ ਕਿ ਇਹਦੀ ਜੀਭ ਵੱਢ ਦਿਉ, ਅਤੇ ਫਿਰ ਉਹਦੀ ਜੀਭ ਵੱਢੀ ਉਹਨਾਂ ਦੀ ਜੀਭ। ਉੱਥੋਂ ਦਾ ਉਸ ਵੇਲੇ ਦਾ ਕੋਈ ਥਾਣੇਦਾਰ ਸੀਗਾ ਬੁੱਚੜ, ਮੈਂ ਭੁੱਲ ਗਿਆ, ਉਹਨੇ ਵੱਢੀ ਸੀ, ਬਾਅਦ 'ਚ ਅਸੀਂ ਉਹਨੂੰ ਸੋਧਤਾ ਸੀ। ਇਸੇ ਤਰ੍ਹਾਂ ਇਹ ਦੋ ਹੀ ਸਿੰਘ ਜਪਜੀ ਸਾਹਿਬ ਕਰਦੇ ਸ਼ਹੀਦ ਹੋਏ, ਗੁਰੂ ਇਸ ਤਰ੍ਹਾਂ ਲੈ ਕੇ ਗਿਆ। ਇਹ ਹੁਣ ਦੇਖੀਏ ਕਿ ਉਹਨਾਂ 'ਤੇ ਪਹਿਲਾਂ ਤੋਂ ਹੀ ਬਖਸ਼ਿਸ਼ ਸੀਗੇ, ਗੁਰੂ ਨਾਲ ਜੁੜੇ ਸੀਗੇ, ਸੰਤਾਂ ਦੇ ਬਹੁਤ ਕਰੀਬ ਵੀ ਸੀਗੇ, ਦਮਦਮੀ ਟਕਸਾਲ ਦੇ ਬੜੇ ਖਾਸ ਸਿੰਘ ਸੀਗੇ। ਅਤੇ ਦੇਖੋ ਇਹਨਾਂ ਦੋਵਾਂ ਸਿੰਘ ਗੁਮਨਾਮੀ 'ਚ ਇਹਨਾਂ ਦੇ ਇਹਨਾਂ ਦੀਆਂ ਸ਼ਹਾਦਤਾਂ ਵੀ ਅੱਗੇ ਇੱਕ ਦੀ ਬਾਬਾ ਠਾਕਰ ਸਿੰਘ ਉਹ ਬਣਾ ਰਹੇ ਆ, ਇੱਕ ਦੀ ਰਮਦਾਸਪੁਰ ਵਾਲੇ ਜਿਹੜੇ ਮਹਾਂਪੁਰਖ ਉਹ ਮਨਾ ਰਹੇ ਆ, ਉਹ ਵੀ ਚੁੱਪ ਚੁਪੀਤੇ ਜਿਹੜੇ ਬੰਦੇ ਜਿਹੜੇ ਸੇਵਾ ਕਰਦੇ। ਦੇਖੋ ਕਿਵੇਂ ਹੋ ਰਹੀ, ਉਹ ਅੱਗੋਂ ਉਹੋ ਜਿਹੀਆਂ ਸ਼ਖਸੀਅਤਾਂ ਹੀ ਉਹਨਾਂ ਦੀਆਂ ਬਰਸੀਆਂ ਮਨਾ ਰਹੇ, ਪਰ ਆਮ ਲੋਕਾਂ ਨੂੰ ਕੋਈ ਪਤਾ ਨਹੀਂ, ਸਾਨੂੰ ਕੋਈ ਨਹੀਂ ਸੀ ਪਤਾ ਨਾ ਕਿ ਅਸੀਂ ਕਈ ਵਾਰ ਸੋਚਦੇ ਸੀ ਕਿ ਭਾਈ ਗੁਰਦੇਵ ਸਿੰਘ ਹੁਣਾਂ ਦਾ ਅਤੇ ਭਾਈ ਸੁਰਿੰਦਰ ਸਿੰਘ ਕਿਸ ਤਰੀਕੇ ਨਾਲ ਉਹਨਾਂ ਦੇ ਲੱਭਿਆ ਜਾਵੇ ਤਾਂ ਮਨਾਇਆ ਜਾਵੇ, ਕੁਛ ਲੱਭ ਨਹੀਂ ਸੀ ਰਿਹਾ ਉੱਥੇ, ਅਸੀਂ ਸਾਡੇ ਤੱਕ ਕੋਈ ਗੱਲ ਆਈ ਨਹੀਂ ਸੀ, ਬਹੁਤ ਲੋਕਲ ਲੈਵਲ ਦੀ ਗੱਲ ਸੀ। ਇੱਥੇ ਹੁਣ ਇਹ ਸਵਾਲ ਇਹਦੇ ਨਾਲ ਹੀ ਹੋ ਜਾਂਦਾ ਕਿ ਇੱਕ ਪਾਸੇ ਤਾਂ ਇਹ ਸਿੰਘ ਆ ਜਿਹਨਾਂ ਦੇ ਅਮਲ ਸਾਰੇ ਉਹ ਜਨਤਾ ਨੇ ਦੇਖੇ, ਅਸੀਂ ਦੇਖੇ, ਸਭ ਦੇਖੇ, ਬੜੇ ਜਿਉਂਦੇ ਆ ਜਿਹੜੇ ਉਹਨਾਂ ਨੂੰ ਜਾਣਦੇ ਨੇ ਕਿ ਉਹ ਬੰਦੇ ਕੌਣ ਸੀ। ਅਤੇ ਉਹਨਾਂ ਨੇ ਹਥਿਆਰਬੰਦ ਸੰਘਰਸ਼ ਵੀ ਸ਼ਹਾਦਤ 'ਚ ਪੂਰੀ ਪਰਖ 'ਚੋਂ ਐਨ ਗੁਰੂ ਦੀ ਬਖਸ਼ਿਸ਼ ਨਾਲ ਪੰਥ ਦਾ ਝੰਡਾ ਉੱਚਾ ਕਰਕੇ ਨਿਕਲੇ ਆ। ਅਤੇ ਸਾਡੇ ਅਸਲ ਸ਼ਹੀਦ ਆ, ਸਾਡੇ ਪ੍ਰੇਰਨਾ ਦੇ ਸਰੋਤ ਨੇ, ਸਾਡਾ ਇੰਸਪੀਰੇਸ਼ਨ ਨੇ, ਅਤੇ ਅਸੀਂ ਇਹਨਾਂ ਨੂੰ ਕਿਸ ਤਰੀਕੇ ਨਾਲ ਯਾਦ ਕਰ ਰਹੇ ਹਾਂ। ਕੌਮ ਦੇ ਪੰਥ ਦੇ ਵਿੱਚ ਵੱਡੇ ਲੈਵਲ ਬਾਰੇ 'ਚ ਇਹਨਾਂ ਬਾਰੇ ਕੋਈ ਵੀ ਨਹੀਂ ਜਾਣਦਾ ਕਿ ਇਹ ਕਿੱਡੇ ਵੱਡੇ ਬੰਦੇ ਸੀ। ਅਤੇ ਅਸੀਂ ਵੀ ਦੱਸ ਨਹੀਂ ਸਕੇ। ਅਤੇ ਇਹ ਗੁਰੂ ਦੀ ਕੀ ਰਜ਼ਾ ਆ, ਇਹ ਤਾਂ ਗੁਰੂ ਦੀ ਰਜ਼ਾ ਆ। ਅਤੇ ਜਿਹੜੇ ਸ਼ਹੀਦ ਆ, ਜੋ ਅਸਲ ਇਨਾਮ ਆ ਜਾਂ ਜੋ ਜੋ ਦਰਜੇ ਮਿਲਣੇ, ਤਾਂ ਗੁਰੂ ਦੀ ਕਚਹਿਰੀ 'ਚ ਮਿਲਣੇ ਆ, ਅੱਗੇ ਮਿਲਣੇ ਆ, ਉਹ ਤਾਂ ਸਦਾ ਸਲਾਮਤ, ਉਹਨਾਂ ਨੂੰ ਤਾਂ ਕੋਈ ਨਹੀਂ ਰੋਕ ਸਕਦਾ, ਟੋਕ ਸਕਦਾ, ਕੋਈ ਦਖਲ ਨਹੀਂ ਕਰ ਸਕਦਾ। ਪਰ ਫਿਰ ਵੀ ਸਾਡਾ ਜਿਉਂਦੇ ਜਾਗਦੇ ਪੰਜਾਬ ਵਾਸੀਆਂ ਦਾ, ਸਿੱਖਾਂ ਦਾ ਇਹ
ਕਿੱਡੀ ਕਤਾਹੀ ਆ ਕਿ ਐਡੇ ਵੱਡੇ ਕਰੈਕਟਰ, ਵੱਡੇ ਕਿਰਦਾਰ ਜਿਹੜੇ ਹੋਏ ਆ, ਅਸੀਂ ਉਹਨਾਂ ਨੂੰ ਯਾਦ ਨਹੀਂ ਕਰ ਰਹੇ। ਉਹਨਾਂ ਦੇ ਪਿੰਡ ਦੇ ਲੋਕ ਉਹਨਾਂ ਦੀ ਬਰਸੀ ਮਨਾ ਰਹੇ, ਸਿਰਫ ਪਿੰਡ ਦੀ ਸੰਗਤ ਹੁੰਦੀ ਆ, ਬੜੀ ਸ਼ਰਧਾ ਨਾਲ ਮਨਾਉਂਦੇ ਅਤੇ ਨਾਲ ਬਾਬਾ ਜੀ ਹੁਣੀ ਹੁੰਦੇ ਆ। ਪਰ ਜੋ ਸਾਰੇ ਪੰਥ ਨੂੰ ਚਾਹੀਦਾ ਆ, ਜਿੱਥੇ ਉਹ ਨਹੀਂ ਹੋ ਰਿਹਾ, ਅਤੇ ਇਹਦੇ ਨਾਲ ਹੀ ਇਹ ਗੱਲ ਆ ਜਾਂਦੀ ਕਿ ਜੋ ਇਸ ਵੇਲੇ ਹੋ ਰਿਹਾ ਉਹ ਕੀ ਆ। ਅਸੀਂ ਐਡੇ ਜਿਹੜੇ ਸਾਡੇ ਇੱਕ ਤਰ੍ਹਾਂ ਦੇ ਧਰੂ ਧਾਰੇ, ਉਹਨਾਂ ਨੂੰ ਛੱਡ ਕੇ ਜਿਹੜੇ ਹੋਣ ਦੀਆਂ ਗੱਲਾਂ ਆ, ਅਤੇ ਅੱਜ ਸਾਡੇ ਕੀ ਹਾਲ ਨੇ। ਅਸੀਂ ਕਿਸੇ ਦੇ ਵੀ ਪਿੱਛੇ ਲੱਗ ਜਾਂਦੇ ਹਾਂ, ਕੋਈ ਕੋਈ ਧਾਰਮਿਕ ਬਾਬਾ ਜਾਂ ਕੋਈ ਜੋ ਜ਼ਿਆਦੀਆਂ ਜਿਹਦੇ ਕੋਲ ਸ਼ਾਨੋ ਸ਼ੌਕਤ ਆ, ਗੱਡੀਆਂ ਆ, ਜ਼ਿਆਦਾ ਸਾਜੋ ਸਮਾਨ ਆ, ਅਸਲੇ ਨੇ, ਉਹਨਾਂ ਪਿੱਛੇ ਲੱਗ ਜਾਂਦੇ ਨੇ ਸਾਡੇ ਲੋਕ। ਕੋਈ ਪਖੰਡ ਕਰਕੇ ਤੀਰ ਫੜ ਕੇ ਸੰਤਾਂ ਦਾ ਆ ਜਾਂਦਾ, ਉਹਦੇ ਪਿੱਛੇ ਲੱਗ ਜਾਂਦੇ। ਕੋਈ ਚੋਲਾ ਫਾ ਪਾ ਕੇ ਆ ਜਾਂਦਾ, ਉਹਦੇ ਪਿੱਛੇ ਲੱਗ ਜਾਂਦੇ। ਛੱਡਦੇ ਹੀ ਨਹੀਂ ਉਹਦਾ ਖਹਿਰਾ, ਭਾਵਾਂ ਪਤਾ ਵੀ ਲੱਗ ਜਾਏ ਕਿ ਅੰਦਰ ਕੁਛ ਨਹੀਂ ਗਾ। 100 ਸਾਲ ਹੋ ਗਿਆ ਆ ਇਹ ਜੋ ਰਾਜਨੀਤਿਕ ਲੋਕ ਆ, ਹਰ ਤਰ੍ਹਾਂ ਦੇ, ਹਰ ਰੰਗ ਦੇ, ਅਸੀਂ ਉਹਨਾਂ ਦਾ ਖਹਿੜਾ ਹੀ ਨਹੀਂ ਛੱਡਿਆ। ਕਦੀ ਕੋਈ ਆ ਜਾਂਦਾ, ਕਦੀ ਕੋਈ ਆ ਜਾਂਦਾ। ਉਹ ਅਕਾਲੀ ਆਪਣੇ ਆਪ ਨੂੰ ਕਹਿ ਕੇ ਤੱਕੜੀ ਦੇ ਨਾਮ 'ਤੇ ਵੋਟਾਂ ਪਾਈ ਗਏ ਆ। ਪਿਛਲੇ ਕਿੰਨੇ ਚਿਰਾਂ ਤੋਂ ਪਤਾ ਆ ਕਿ ਭਾਈ ਉਹ ਕੁਛ ਵੀ ਨਹੀਂ ਗਏ, ਨਾ ਤੱਕੜੀ ਵਾਲੇ ਆ, ਨਾ ਅਕਾਲੀ ਆ, ਨਾ ਕੁਛ ਵੀ ਨਹੀਂ ਪਤਾ ਉਹਨਾਂ ਨੂੰ। ਹੁਣ ਕਿਤੇ ਜਾ ਕੇ ਉੱਤੋਂ ਪਿੱਛੇ ਛੱਡੇ ਹਾਂ। ਅੱਜ ਕੱਲ੍ਹ ਤਾਂ ਇਹ ਗੱਲ ਹੋ ਗਈ ਆ ਕਿ ਜਦੋਂ ਦਾ ਹੁਣ ਨਵੇਂ ਮੀਡੀਏ 'ਤੇ ਨਵਾਂ ਯੁੱਗ ਆਇਆ ਆ ਫੋਨਾਂ ਵਾਲਾ, ਕਿ ਹੁਣ ਤਾਂ ਕਿਸੇ ਦੇ ਪਿੱਛੇ ਵੀ ਲੱਗ ਜਾਓ ਜਿਹੜਾ ਜ਼ਿਆਦਾ ਕੋਈ ਗੱਲਾਂ ਕਰ ਲੈਂਦਾ, ਜ਼ਿਆਦਾ ਨਾਟਕ ਕਰ ਲੈਂਦਾ, ਨਾ ਦਾ ਚੇਟਕ ਕਰ ਲੈਂਦਾ ਆ, ਜ਼ਿਆਦਾ ਪਖੰਡ ਦੱਬ ਕੇ ਝੂਠ, ਜ਼ਿਆਦਾ ਜਿਹੜਾ ਜਿੰਨਾ ਬਿਹਤਰ ਐਕਟਰ ਆ ਉਹ ਉੱਡੀ ਵੱਡੀ ਸੰਗਤ, ਅਤੇ ਜੇ ਉਹਦੇ ਪਿੱਛੇ ਸਰਕਾਰ ਵੀ ਉਹਨੂੰ ਫੈਸਿਲੀਟੇਟ ਕਰਦੇ, ਫਿਰ ਤਾਂ ਕੋਈ ਗੱਲ ਹੀ ਨਹੀਂ, ਫਿਰ ਤਾਂ ਰੁਕ ਹੀ ਨਹੀਂ ਸਕਦਾ ਸਿਲਸਿਲਾ। ਅਤੇ ਉਹਦੇ ਬਰਾਬਰ ਜਿਹੜੇ ਅਸਲ ਸ਼ਹੀਦ ਆ, ਜਿਹੜੇ ਅਸਲ ਨਾਇਕ ਆ, ਉਹ ਸਾਨੂੰ ਦਿਖਦੇ ਨਹੀਂ। ਅਤੇ ਕੋਈ ਵੀ ਆ ਜਾਂਦਾ ਆ, ਕੋਈ ਆਪਣੇ ਆਪ ਨੂੰ ਵਿਦਵਾਨ ਬਣ ਕੇ ਆ ਜਾਂਦਾ ਆ, ਕੋਈ ਪ੍ਰੋਫੈਸਰ ਬਣ ਕੇ, ਕੋਈ ਅੱਜ ਕੱਲ੍ਹ ਤਾਂ ਐਂਕਰ ਬਣ ਕੇ, ਹੁਣ ਤਾਂ ਐਕਟਰਾਂ ਦੇ ਪਿੱਛੇ ਵੀ ਆਪਣੇ ਲੋਕ ਐਕਟਰ ਹੀ ਸਿੱਧੇ ਹੀ ਲੱਗਣ ਲੈਣ ਲੱਗ ਪਏ, ਉਹਨਾਂ ਨੂੰ ਬਣਾ ਲਿਆ ਆਪਣੇ ਲੀਡਰ। ਅੱਗੇ ਤਾਂ ਇਹ ਸਿਆਸੀ ਲੋਕ ਐਕਟਿੰਗ ਕਰਦੇ ਹੁੰਦੇ ਸੀ ਕਿ ਨਹੀਂ, ਹੁਣ ਸਿੱਧੇ ਹੀ ਐਕਟਰਾਂ 'ਤੇ ਆ ਗਏ। ਇਹ ਤਾਂ ਬਹੁਤ ਵੱਡਾ ਡਾਊਨਫਾਲ ਆ, ਇਹ ਬੇਅਦ ਵੀ ਆ। ਇਹ ਇਤਿਹਾਸ ਦੀ ਸ਼ਹੀਦਾਂ ਦੇ ਖਿਲਾਫ ਬਹੁਤ ਵੱਡੀ ਸਾਡੀ ਕੁਤਾਹੀ ਹੈ ਕਿ ਅਸੀਂ ਸੰਤਾਂ ਨੂੰ ਛੱਡ ਕੇ, ਭਾਈ ਗੁਰਜੰਟ ਸਿੰਘ ਨੂੰ ਛੱਡ ਕੇ, ਭਾਈ ਕੰਵਰਜੀਤ ਸਿੰਘ ਨੂੰ ਛੱਡ ਕੇ, ਗੁਰਦੇਵ ਸਿੰਘ ਹੋਣਾ ਨੂੰ ਛੱਡ ਕੇ, ਬਾਬਾ ਸੁਰਿੰਦਰ ਸਿੰਘ ਹੋਣਾ ਨੂੰ ਛੱਡ ਕੇ ਹੋਰ ਨਾਂ ਲੱਭਦੇ,
ਜਿਨ੍ਹਾਂ ਨੂੰ ਕਿਸੇ ਚੀਜ਼ ਦਾ ਕੁਛ ਪਤਾ ਨਹੀਂ, ਜਿਨ੍ਹਾਂ ਦਾ ਕੋਈ ਅਮਲ ਨਹੀਂ, ਕੋਈ ਪਰਖ ਨਹੀਂ, ਕੁਛ ਵੀ ਨਹੀਂ, ਅਸੀਂ ਇਹ ਕੀ ਹੋ ਗਿਆ? ਇਸ ਕਰਕੇ ਮੇਰਾ ਤਾਂ ਮੇਰੇ ਅੰਦਰ ਇਹੀ ਹੋਇਆ ਕਿ ਅਸੀਂ ਤਾਂ ਇੰਨੇ ਚਿਰ ਤੋਂ ਕੋਸ਼ਿਸ਼ ਕਰਦੇ ਹਾਂ, ਜਿੰਨੀ ਕੁ ਸਮਰੱਥਾ ਬਰਸੀਆਂ 'ਤੇ ਵੀ ਜਾਂਦੇ ਹਾਂ, ਪਰ ਸਾਰੇ ਥਾਂ ਨਹੀਂ ਜਾਇਆ ਜਾਂਦਾ। ਕੱਲ੍ਹ 5 ਤਰੀਕ ਨੂੰ ਨਹੀਂ ਜਾਇਆ ਗਿਆ ਭਾਈ ਗੁਰਦੇਵ ਸਿੰਘ ਹੋਣਾਂ ਦੇ, ਅਤੇ ਇਹਨਾਂ ਦਾ ਤਾਂ ਸਾਨੂੰ ਪਤਾ ਹੀ ਨਹੀਂ ਸੀ ਕਿ ਇਹਨਾਂ ਦਾ ਪਿੰਡ ਇੱਥੇ ਆ ਅਤੇ ਉਹ ਬੰਦੇ ਨੇ। ਚਲੋ ਅਗਲੇ ਸਾਲ ਜ਼ਰੂਰ ਜਾਵਾਂਗੇ ਬਾਬਾ ਜੀ ਹੋਣਾਂ ਕੋਲ, ਰਮਦਾਸਪੁਰ ਹੋਣੇ, ਕਿੰਨਾ ਉਹਨਾਂ ਦਾ ਉੱਦਮ ਆ। ਅਤੇ ਮੈਂ ਰਾਤਾਂ ਇਹੀ ਸੀ ਮਨ ਵਿਚਾਰ ਆਇਆ ਕਿ ਸੰਗਤ ਅੱਗੇ ਇਹ ਗੱਲ ਰੱਖਣੀ ਚਾਹੀਦੀ ਕਿ ਆਪਣੇ ਆਪ ਨੂੰ ਅੰਦਰ ਝਾਤੀ ਮਾਰੀਏ ਕਿ ਭਾਈ ਅਸੀਂ ਕੀ ਕਰ ਰਹੇ ਹਾਂ। ਗੁਰੂ ਨਾਲ ਜੁੜੀਏ, ਗੁਰਬਾਣੀ ਨਾਲ ਜੁੜੀਏ, ਟੇਕ ਗੁਰਬਾਣੀ 'ਤੇ ਸੰਗਤ 'ਤੇ ਰੱਖੀਏ, ਹੋਰ ਕਿਸੇ 'ਤੇ ਨਾ ਰੱਖੀਏ, ਅਤੇ ਪਛਾਣ ਕਰੀਏ ਆਪਣੇ ਨਾਇਕਾਂ ਦੀ, ਸ਼ਹੀਦਾਂ ਦੀ। ਬਹੁਤ ਜ਼ਿਆਦਾ ਝੂਠ ਪਖੰਡ ਨਕਲ ਦੇ ਵਿੱਚ ਸਾਡੇ ਅਸਲ ਨਾਇਕ ਅਤੇ ਸਾਡੇ ਅਸਲ ਸਾਡੇ ਜਿਹੜੇ ਹੀਰੋ ਆ ਉਹ ਆਪਾਂ ਉਹਨਾਂ ਨੂੰ ਵਿਸਾਰ ਰਹੇ ਹਾਂ। ਬਹੁਤ ਸਾਡੇ 'ਤੇ ਭਾਰੀ ਇਹ ਗੁਨਾਹ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।